ਦੁਨੀਆ ਮੇਰੀ ਫੈਨ ਆ, ਮੈਨੂੰ ਦੇਖਦੀ ਹੈ, ਮੈਂ ਉਹਨਾਂ ਦੀਆਂ ਵੀਡੀਓ ਦੇਖਦਾ, ਉਹਨਾਂ ਦਾ ਫੈਨ ਆ, ਕਿਉਂਕਿ ਉਹਨਾਂ ਕੋਲ ਜ਼ਿਮੀਦਾਰ ਵਾਲੇ ਜਿੰਨੇ ਵੀ ਐਗਰੀਕਲਚਰ ਦੇ ਮੁਤਾਬਕ ਉਹਨਾਂ ਕੋਲ ਔਜ਼ਾਰ ਨੇ ਸਾਰੇ ਉਹਨਾਂ ਕੋਲ ਹੈ, ਕਿਉਂਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦਾ ਫਾਇਦਾ ਹੈ, ਉਹਨਾਂ ਨੂੰ ਇਹ ਨਾ ਹੋਏ ਕਿ ਸਿਰਫ ਇਹ ਫਾਰਮੈਲਿਟੀ ਹੈ, ਉਹਨਾਂ ਨੂੰ ਪਤਾ ਹੋਏ ਕਿ ਪ੍ਰੋਪਰ ਪੂਰਾ ਕੰਮ ਜਿਹੜਾ ਉਹ ਇਹਦੇ ਤੋਂ ਹੀ ਲੈ ਰਹੇ ਨੇ। ਅਭੀ ਮੈਂ ਮੌਜੂਦ ਹਾਂ ਜੀ ਬਿੰਡਰ ਜ਼ਰੀ ਫਾਰਮ ਨਨਕਾਣਾ ਮੇਂ, ਔਰ ਮੇਰੇ ਸਾਥ ਮੌਜੂਦ ਹੈ ਵਕਾਰ ਬਿੰਡਰ ਸਾਹਿਬ, ਜੋ ਕਿ ਓਨਰ ਹੈ ਫਾਰਮ ਕੇ। ਇਸੇ ਬਾਤ ਕਰਤੇ ਕਿ ਮਸ਼ੀਨਰੀ ਕਾ ਜੋ ਕਰਦਾਰ ਹੈ, ਇੱਕ ਕਿਸਾਨ ਕੀ ਜ਼ਿੰਦਗੀ ਮੇਂ ਕਿਤਨੀ ਸਹਿਮ ਲੈ ਕੇ ਆਤਾ ਹੈ, ਔਰ ਉਸਕੇ ਕਾਮ ਮੇਂ ਕਿਤਨੀ ਜਿੱਦਤ ਪੈਦਾ ਕਰਤਾ ਹੈ, ਔਰ ਉਸਕੇ ਜੋ ਹੈ ਕਿਤਨਾ ਇਸਕੀ ਪ੍ਰੋਡਕਟਿਵ ਵੀ ਬੜਤੀ ਹੈ। ਥੈਂਕ ਯੂ ਵੈਰੀ ਮਚ ਵਕਾਰ ਸਾਹਿਬ, ਸਭਸੇ ਪਹਿਲੇ ਤੋਂ ਆਪਕਾ ਸ਼ੁਕਰੀਆ ਕਿ ਆਪਕੇ ਫਾਰਮ ਪੇ ਆਪਨੇ ਇਨਵਾਈਟ ਕੀਆ ਔਰ ਯਹਾਂ ਪੇ ਆਪ ਆਏ। ਬਸ ਜੀ, ਇਹ ਤੁਹਾਡਾ ਪਿਆਰ ਹੈ। ਤੋ ਵਕਾਰ ਸਾਹਿਬ, ਇਹ ਬਤਾਈਏ ਕਿ ਇਹ ਜੋ ਕਿਸਾਨ ਮੇਂ ਕਿ ਮਸ਼ੀਨਰੀ ਕਾ ਕਿਆ ਕਰਦਾਰ ਹੋਤਾ ਹੈ, ਇਹ ਜੋ ਅਭੀ ਆਪ ਹਮਨੇ ਆਪਕੇ ਸਾਥ ਕਾਮ ਦੇਖਾ ਹੈ, ਤੋ ਇਹ ਕਿਤਨਾ ਮੁਸ਼ਕਲ ਕਾਮ ਥਾ ਇਨਸਾਨੀ ਹੱਥੋਂ ਸੇ। ਹਾਂਜੀ, ਹੁਣ ਦੇਖਿਆ ਜਾਏ ਤਾਂ ਸੋਨ ਭਾਦਰੋਂ ਦਾ ਮੌਸਮ ਚੱਲਦਾ ਪਿਆ, ਇਹਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਦੋਂ ਬਾਰਿਸ਼ ਹੋ ਜਾਣੀ ਹੈ ਅਤੇ ਕਦੋਂ ਧੁੱਪ ਨਿਕਲ ਆਉਣੀ ਹੈ, ਹੱਬਸ ਬਣੀ ਪਈ ਆ। ਹੁਣ ਤੁਹਾਡੇ ਸਾਹਮਣੇ ਵੇਖੋ ਮੇਰੀ ਕੀ ਹਾਲਾਤ ਹੋਏ ਪਏ ਨੇ, ਹਲੇ ਮੈਂ ਬਿਲਕੁਲ ਬਸ ਖੜ ਕੇ ਗੱਲਬਾਤ ਕਰ ਰਹਾ ਪਿਆ। ਜੇ ਅਸੀਂ ਇਹ ਪੱਠੇ ਅਸੀਂ ਦਾਤਰੀ ਨਾਲ ਵੜਨੇ ਹੁੰਦੇ ਅਤੇ ਉਹਦੇ ਵਾਸਤੇ ਤਾਂ ਤੁਹਾਨੂੰ ਪਤਾ ਇਕੱਲੇ ਬੰਦੇ ਦਾ ਕੰਮ ਨਹੀਂ, ਜਿਵੇਂ ਮਾਸ਼ਾਅੱਲਾ ਸਾਡੇ ਕੋਲ 70-80 ਮੱਝਾਂ ਨੇ ਅਤੇ 3-4 ਬੰਦੇ ਅਸੀਂ ਹੁੰਦੇ ਹਾਂ, 3-4 ਬੰਦੇ ਅਸੀਂ ਲੱਗੇ ਰਹੀਏ, ਸਵੇਰੇ 6 ਵਜੇ ਆ ਕੇ ਲੱਗੇ ਅਤੇ 12 ਵਜੇ ਤੱਕ ਸਿਰਫ ਅਸੀਂ ਪੱਠੇ ਹੀ ਵੜ ਸਕਦੇ। ਹਾਂ, ਮਤਲਬ ਫਿਰ ਉਸ ਤੋਂ ਬਾਅਦ ਬੰਦਾ ਉਂਝ ਬਿਮਾਰ ਠਮਾਰ ਹੋ ਜਾਂਦਾ, ਆਵਾਜ਼ਾਰ ਹੋ ਜਾਂਦਾ ਇਸ ਕੰਮ ਤੋਂ, ਜੇ ਇਸ ਕੰਮ 'ਚ ਛੁੱਟੀ ਕੋਈ ਨਹੀਂ। ਹਾਂਜੀ, ਅਤੇ ਦੇਖਿਆ ਜਾਏ ਫਿਰ ਪੱਠੇ ਵੱਢਣੇ ਬਹੁਤ ਮੁਸ਼ਕਲ ਹੁੰਦੇ ਸੀ, ਹੁਣ ਤਾਂ ਚਲੋ ਗਰਮੀ ਹੈ, ਗਰਮੀ ਦੇ ਵਿੱਚ ਬੰਦਾ ਦਿਹਾੜੀਆਂ ਵੱਡੀਆਂ ਹੁੰਦੀਆਂ, ਸਿਆਲ ਦੇ ਵਿੱਚ ਜਦੋਂ ਧੁੰਦ ਪੈਂਦੀ ਹੈ ਉਦੋਂ ਪੱਠੇ ਵੱਢਣੇ ਬਹੁਤ ਮੁਸ਼ਕਲ ਹੋ ਜਾਂਦੇ ਨੇ, ਛੋਟਾ ਜਿਹਾ ਦਿਨ ਹੁੰਦਾ ਇਹਦੇ ਕੰਮ ਹੀ ਨਹੀਂ ਮੁੱਕਦਾ, ਸੋ ਇਸ ਕਰਕੇ ਫਿਰ ਮਸਲੇ ਮਸਾਇਲ ਸੀ ਇਹ। ਤੋ ਕਾਰ ਸਾਹਿਬ, ਇਹ ਬਤਾਏ ਕਿ ਜਿਸ ਤਰ੍ਹਾਂ ਅਭੀ ਆਪਨੇ ਇਹ ਜੋ ਮਸ਼ੀਨਰੀ ਕਾ ਇਸਤੇਮਾਲ ਕਬ ਸ਼ੁਰੂ ਕੀਆ, ਕੈਸੇ ਆਪਕੋ ਜ਼ਹਿਨ ਮੇਂ ਆਇਆ, ਔਰ ਕੈਸੇ ਕਹਾਂ ਸੇ ਆਪਨੇ ਫਿਰ ਸਾਰੀ ਚੀਜ਼ਾਂ, ਜੇ ਨੌਲੇਜ ਕਹਾਂ ਸੇ ਮਿਲਾ ਆਪਕੋ ਇਸਕੇ ਬਾਰੇ ਮੇਂ? ਸਰ ਜੀ, ਅਸੀਂ ਨਾ ਤਕਰੀਬਨ ਇਹਦਾ ਸ਼ੁਰੂਆਤ ਜਿਹੜੀ ਸੀ 3 ਸਾਲ ਪਹਿਲੇ ਕੀਤੀ ਸੀ, ਉਦੋਂ ਚਾਰਾ ਜਿਹੜਾ ਸੀ ਉਹ ਸ਼ਟਾਲਾ ਸੀ, ਸਰੋਂ ਵਾਲੇ ਪੱਠੇ ਸੀ, ਅਤੇ ਅਸੀਂ ਵੀਡੀਓ ਵਗੈਰਾ ਦੇਖੀਆਂ ਸੋਭੀ ਐਗਰੋ ਵਾਲਿਆਂ ਕੋਲ ਸੀ ਮਸ਼ੀਨ, ਅਤੇ ਅਸੀਂ ਜਦੋਂ ਵੀਡੀਓ ਦੇਖੀਆਂ ਅਸੀਂ ਖੁਸ਼ ਹੋਈਆਂ, ਕਿਉਂਕਿ ਇਹਦੇ ਵਿੱਚ ਜਿਹੜਾ ਮੇਨ ਕਿਰਦਾਰ ਹੈ ਨਾ, ਬੰਦੇ ਨਾਲ ਪੱਠੇ ਪਾਉਂਦੇ ਨੇ, ਉਹ ਨਸ ਭੱਜ ਜਾਂਦੇ ਨੇ ਸਿਆਲ ਦੇ ਵਿੱਚ, ਗਰਮੀ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਹੈ, ਅਤੇ ਅਸੀਂ ਕਿਹਾ ਕਿਉਂ ਨਾ ਪੱਠੇ ਵੱਢਣ ਵਾਲੀ ਮਸ਼ੀਨ ਲਿਆਂਦੀ ਜਾਏ, ਇਹਦੀਆਂ ਵੀਡੀਓ ਵਗੈਰਾ ਦੇਖੀਆਂ, ਆਪਣੇ ਭਾਈ ਨਾਲ ਡਿਸਕਸ ਕੀਤਾ, ਅਸੀਂ ਕਿਹਾ ਜੇ ਇਹ ਮਸ਼ੀਨ ਲੈ ਆਈਏ ਇੱਕ ਤਾਂ ਬੰਦੇ ਰੱਖਣ 'ਚ ਆਸਾਨੀ ਹੋਏਗੀ, ਬੰਦਿਆਂ ਨੂੰ ਸਹੂਲਤ ਹੋਏਗੀ ਅਤੇ ਬੰਦੇ ਆਪ ਨਹੀਂ ਨੱਸਣਗੇ। ਅਤੇ ਕਿਤਨਾ ਮੁਤਮੈਨ ਆ ਫਿਰ ਇਸ ਜੋ ਆਪਨੇ ਇਹ ਕੰਮ ਕੀਆ ਫਿਰ 3 ਸਾਲ ਪਹਿਲੇ? ਸਰ ਜੀ, 3 ਸਾਲ ਹੋ ਗਏ ਲਗਾਤਾਰ ਚੱਲਦੇ ਪਏ ਹਾਂ, ਸ਼ਟਾਲੇ ਦੀ ਕਟਾਈ ਕਰਦੇ ਸੀ, ਫਿਰ ਇਹ ਸਾਲ ਅਸੀਂ ਨਿੱਕੀ ਨਿੱਕੀ ਚਰੀ ਹੁੰਦੀ ਸੀ ਉਹਦੇ ਨਾਲ ਹੀ ਕੱਟ ਲਈ ਦੀ ਸੀ ਘਾਹ ਵਾਲੀ, ਫਿਰ ਅਸੀਂ ਸੋਚਿਆ ਕਿ ਚਰੀ ਦਾ ਕੱਦ ਵੱਡਾ, ਸ਼ਟਾਲਾ ਕੱਟਣ ਵਾਲੀ ਜਿਹੜੀ ਮਸ਼ੀਨ ਹੈ ਨਾ ਉਹਦੇ ਨਾਲ ਨਹੀਂ ਕੱਟਦੀ ਉਹ, ਫਿਰ ਇਹ ਜਿਹੜਾ ਰੈਪਰ ਅਸੀਂ ਚੇਂਜ ਕੀਤਾ, ਅਤੇ ਤਕਰੀਬਨ ਚੌਥਾ ਸੀਜ਼ਨ ਹੀ ਚੌਥਾ ਸਾਲ ਹੈ ਅਤੇ ਬਿਹਤਰੀਨ ਕੰਮ ਚੱਲ ਰਿਹਾ। ਇਸਕਾ ਮਤਲਬ ਆਪ ਸੋਭੀ ਐਗਰੋ ਕੀ ਇਸ ਜੋ ਆਟੋਮੈਟਿਕ ਗਰਾਸ ਕਟਰ ਕੀ ਜੋ ਚਾਰਾ ਕੱਟਣੇ ਕੀ ਮਸ਼ੀਨ ਹੈ, ਇਸੇ ਆਪ ਮੁਤਮੈਨ ਹੈ? ਹਾਂਜੀ, ਫੁੱਲ ਮੁਤਮੈਨ ਹਾਂ। ਮੈਂ ਤਾਂ ਇਹ ਰਿਕਮੈਂਡ ਕਰਾਂਗਾ ਜਿਹੜੇ ਦੋਸਤ ਵੀਡੀਓ ਦੇਖਦੇ ਨੇ, ਜਿਹੜੇ ਭਾਈ ਮੈਨੂੰ ਦੇਖਦੇ ਨੇ, ਉਹਨਾਂ ਨੇ ਜੇ ਮੈਨੂੰ ਦੇਖਦੇ ਨੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਮੇਰੀ ਹਫ਼ਤੇ 'ਚ ਜੇ ਮੈਂ 20 ਜਾਂ 25 ਵੀਡੀਓ ਦੂਸਰੀ ਅਪਲੋਡ ਕਰਦਾ ਅਤੇ ਉਹਦੇ ਵਿੱਚੋਂ 10 ਵੀਡੀਓ ਮੈਂ ਇਹਦੀਆਂ ਪੋਸਟ ਕਰਦਾ, ਕਿਉਂਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦਾ ਫਾਇਦਾ ਹੈ, ਉਹਨਾਂ ਨੂੰ ਇਹ ਨਾ ਹੋਏ ਕਿ ਸਿਰਫ ਇਹ ਫਾਰਮੈਲਿਟੀ ਹੈ, ਉਹਨਾਂ ਨੂੰ ਪਤਾ ਹੋਏ ਕਿ ਪ੍ਰੋਪਰ ਪੂਰਾ ਕੰਮ ਜਿਹੜਾ ਉਹ ਇਹਦੇ ਤੋਂ ਹੀ ਲੈ ਰਹੇ ਨੇ। ਇਹ ਬਿਹਤਰੀਨ ਚੱਲਦੀ ਹੈ ਅਤੇ ਅਸੀਂ ਚਲਾ ਰਹੇ ਹਾਂ, ਸਾਡੇ ਕੋਲ ਇੰਨਾ ਮਾਲ। ਕਿਸਾਨ ਆਤੇ ਹੈਂ ਆਪਕੇ ਪਾਸ ਦੇਖਨੇ ਇਸਕੋ? ਹਾਂਜੀ, ਕਾਫੀ ਬੰਦੇ ਆਉਂਦੇ ਨੇ, ਉਹ ਨੰਬਰ ਵੀ ਲੈ ਕੇ ਜਾਂਦੇ ਨੇ, ਫਿਰ ਉਹ ਕਾਲ ਕਰਦੇ ਨੇ ਉਹਨਾਂ ਨੂੰ, ਅਤੇ ਫਿਰ ਉਸਾਮਾ ਭਾਈ ਨੂੰ ਦੱਸ ਦਿੰਦੇ ਨੇ, ਭਾਈ ਤੁਹਾਡੇ ਤੋਂ ਬੰਦੇ ਇੰਪ੍ਰੈਸ ਹੋ ਕੇ ਲੈ ਰਹੇ ਨੇ ਹੋਰ ਵੀ ਕਾਫੀ ਮਸ਼ੀਨ। ਤੋ ਵਕਾਰ ਸਾਹਿਬ, ਇਹ ਬਤਾਏ ਕਿ ਜਿਸ ਤਰ੍ਹਾਂ ਸੋਭੀ ਐਗਰੋ ਕਿ ਆਪਨੇ ਇਹ ਮਸ਼ੀਨ ਆਪ ਮੁਤਮਿਨ ਹੈ, ਅਭੀ ਹਮਨੇ ਕਾਮ ਵੀ ਇਸਕਾ ਦੇਖਾ,
और क्या क्या मशीनरी आप सोबी एग्रो से परचेज कर रहे की हुई आपने बाकी कामों के लिए? लास्ट टाइम मैं गया सी, मैं ना उत्थे सैलेज बनाने वाली मशीन देखी सी, क्योंकि हुण जिवें बंदा हड्ड हराम नहीं हो जांदा, पहले असीं वढ़दे सी हत्थ नाल पट्ठे, फिर साडी लाइफ 'च इह आ गई, ਇਹਦੇ ਨਾਲ ਚਾਰਾ ਕੱਟਿਆ। ਹੁਣ ਉਸ ਤੋਂ ਬਾਅਦ ਅਸੀਂ ਅਗਲਾ ਜਿਹੜਾ ਸਟੈਪ ਆ ਉਹ ਲੈ ਰਹੇ ਹਾਂ ਕਿ ਸੈਲਜ ਬਣਾਉਣ ਵਾਲੀ ਮਸ਼ੀਨ। ਲਾਸਟ ਟਾਈਮ ਮੈਂ ਦੇਖ ਕੇ ਆਇਆ ਸੀ, ਹੋਰ ਵੀ ਉੱਥੇ ਕਾਫੀ ਜ਼ਿਆਦਾ ਮਸ਼ੀਨਰੀ ਸੀ ਉਹਨਾਂ ਕੋਲ। ਦੁਨੀਆ ਮੇਰੀ ਫੈਨ ਆ, ਮੈਨੂੰ ਦੇਖਦੀ ਹੈ, ਮੈਂ ਉਹਨਾਂ ਦੀਆਂ ਵੀਡੀਓ ਦੇਖਦਾ, ਉਹਨਾਂ ਦਾ ਫੈਨ ਆ, ਕਿਉਂਕਿ ਉਹਨਾਂ ਕੋਲ ਜ਼ਿਮੀਦਾਰ ਵਾਲੇ ਜਿੰਨੇ ਵੀ ਐਗਰੀਕਲਚਰ ਦੇ ਮੁਤਾਬਕ ਉਹਨਾਂ ਕੋਲ ਔਜ਼ਾਰ ਨੇ ਸਾਰੇ ਉਹਨਾਂ ਕੋਲ ਹੈ, ਛੋਟੀ ਆਟਾ ਪੀਣ ਵਾਲੀ ਚੱਕੀ ਉਹਨਾਂ ਕੋਲ ਹੈ, ਮੈਂ ਉਹ ਵੀ ਲਈਏ ਕੁਛ ਦਿਨਾਂ ਤੱਕ ਪਹੁੰਚ ਜਾਣੀ ਹੈ। ਅਤੇ ਉਸ ਤੋਂ ਬਾਅਦ ਸੈਲਜ ਬਣਾਉਣ ਵਾਲੀ ਜਿਹਨੂੰ ਅਸੀਂ ਟੋਕਾ ਕਹਿੰਦੇ ਹਾਂ ਮਸ਼ੀਨ, ਸਸਤੀ ਘੱਟ ਪ੍ਰਾਈਜ਼ ਦੇ ਵਿੱਚ ਅੱਛੀਆਂ ਚੀਜ਼ਾਂ ਜਿਹੜੇ ਆ। ਹੁਣ ਦੇਸੀ ਟੋਕੇ ਚੱਲਦੇ ਸੀ ਪੁਰਾਣੇ, ਜਿਉਂ ਬਾਪ ਦਾਦਾ ਕੰਮ ਕਰਦੇ ਆ ਨੇ ਉਹ ਚੱਲਦੇ ਸੀ, ਉਹਨਾਂ ਵਿੱਚ ਡਰ ਹੁੰਦਾ ਕਿਤੇ ਹੱਥ ਨਾ ਆਈਏ। ਜਿਹੜੇ ਉਹਨਾਂ ਨੇ ਨਵੇਂ ਟੋਕੇ ਵਗੈਰਾ ਦਿਖਾਏ ਨੇ ਉਹਨਾਂ ਵਿੱਚ ਬੰਦਾ ਸੇਫਲੀ ਰਹਿੰਦਾ, ਹੱਥ ਉਤਾਉਣ ਦਾ ਵੀ ਕੋਈ ਡਰ ਨਹੀਂ, ਅਤੇ ਬਿਲਕੁਲ ਸਸਤੀ ਕੀਮਤ ਦੇ ਵਿੱਚ ਉਹਨਾਂ ਕੋਲ ਐਗਰੀਕਲਚਰ ਦੇ ਮੁਤਲਕ ਸਾਰੀ ਮਸ਼ੀਨਰੀ ਆ। ਉਸ ਤੋਂ ਬਾਅਦ ਸੈਲਜ ਬਣਾਉਣ ਵਾਲੀ ਮਸ਼ੀਨ ਹੈ, ਉਹਦੀ ਗੱਲਬਾਤ ਚੱਲਦੀ ਪਈ ਆ, ਉਹ ਆ ਜਾਣੀ ਆ। ਫਿਰ ਉਸ ਤੋਂ ਬਾਅਦ ਹੋ ਸਕਦਾ 2-4 ਦਿਨਾਂ ਤੱਕ ਅਸੀਂ ਉਹਨਾਂ ਦੀ ਜਿਹੜੀ ਹੈ ਮੂੰਜੀ ਵੱਢਣ ਵਾਲੀ ਮਸ਼ੀਨ ਹੈ ਹਾਰਡਵੈਸਟਰ, ਉਹ ਵੀ ਟਰਾਈ ਕਰਦੇ ਪਏ ਹਾਂ। ਹਾਂਜੀ, ਕਾਰ ਭਾਈ ਇਹ ਬਤਾਈਏ ਕਿ ਸੋਬੀ ਐਗਰੋ ਸੇ ਆਪ ਜੋ ਮਸ਼ੀਨੇ ਲਈ ਹੈ ਆਪ ਮੁਤਮਿਨ ਹੈ, ਆਪ ਬਤਾ ਰਹੇ ਤੋ ਬਾਕੀ ਆਪ ਕਿਸਾਨ ਭਾਈ ਹੋ ਕੇ ਕਿਆ ਮਸ਼ਵਰਾ ਦਿੱਤੇ ਇਸ ਕੇ? ਭਾਈ ਕਿਸਾਨ ਭਾਈਆਂ ਨੂੰ ਮੈਂ ਇਹੀ ਮਸ਼ਵਰਾ ਦਾਂਗਾ, ਮਤਲਬ ਜਿਹੜੀਆਂ ਵੀਡੀਓ ਵਗੈਰਾ ਦੇਖਦੇ ਨੇ ਫਜ਼ੂਲ ਵੀਡੀਓ ਦੇਖਣ ਨਾਲ, ਜਿਹੜਾ ਉਹ ਕੰਮ ਕਰਦੇ ਨੇ ਕਿਸਾਨ, ਉਹਦੇ ਮੁਤਲਕ ਜਿਹੜਾ ਕੰਟੈਂਟ ਹੈ ਸੋਬੀ ਐਗਰੋ 'ਤੇ ਜਾਣ, ਉੱਥੇ ਉਹਨਾਂ ਦਾ ਕੰਟੈਂਟ ਦੇਖਣ, ਜਿਹੜੀਆਂ ਸਾਡੇ ਕੰਮ ਦੇ ਮੁਤਲਕ ਹੈ, ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਸਕਦਾ ਜਿਹੜੀ ਉਹਨਾਂ ਦੀ ਮਸ਼ੀਨਰੀ ਹੈ, ਉਹ ਦੇਖਣ, ਉਹਨਾਂ ਦਾ ਫਾਇਦਾ ਹੋ ਸਕਦਾ ਹੈ। ਅਤੇ ਹੁਣ ਮੈਨੂੰ ਮੰਨ ਕੇ ਚੱਲੋ, ਮੈਨੂੰ ਜਿਹੜੇ ਲੋਕ ਦੇਖਦੇ ਨੇ ਉਹਨਾਂ ਮਸ਼ੀਨ ਦੇਖੀ ਆ, ਉਹ ਇੱਥੇ ਆਉਂਦੇ ਨੇ ਕਿ ਭਾਈ ਅਸੀਂ ਵੀ ਲੈਣੀ ਹੈ, ਕਿੰਨੇ ਦੀ ਮਿਲਦੀ ਆ, ਬਜਾਏ ਇੱਥੇ ਮੇਰੇ ਕੋਲ ਆਉਣ ਦੇ ਬਈ ਜੇ ਮੁਤਮੇ ਨਹੀਂ ਮੈਂ ਚਲਾਉਂਦਾ ਦੇਖਿਆ, ਮੈਂ ਮੈਂਸ਼ਨ ਕਰ ਦਾਂ ਕਿ ਸੋਬੀ ਐਗਰੋ ਵਾਲਿਆਂ ਕੋਲ ਲਈ ਆ, ਉਹ ਜਾ ਕੇ ਉਹਨਾਂ ਦੇ ਪੇਜ ਦੇ ਉੱਪਰ ਟੋਟਲੀ ਵੀਡੀਓ ਦੇਖਣ, ਸਸਤੀ ਤੋਂ ਲੈ ਕੇ ਮਹਿੰਗੀ ਤੱਕ, ਮਤਲਬ ਸਾਰੇ ਹਰ ਚੀਜ਼ ਉੱਥੇ ਮਿਲੇਗੀ, ਕਿਹਦੀ ਕਿੰਨੀ ਪ੍ਰਾਈਜ਼ ਹੈ, ਕਿਹੜੀ ਕੀ ਕੰਮ ਕਰਦੀ ਹੈ, ਕਿਵੇਂ ਕਿਵੇਂ ਦੀ ਆ, ਜੇ ਸਸਤੀ ਤੋਂ ਸਸਤੀ ਰੇਂਜ 'ਚ ਲੈਣੀ ਆ ਉਹ ਵੀ ਮਿਲ ਜਾਏਗੀ, ਜੇ ਮਹਿੰਗੀ ਤੋਂ ਮਹਿੰਗੀ ਲੈਣੀ ਉਹ ਵੀ ਮਿਲ ਜਾਏਗੀ। ਗੁਰਕਾਰ ਭਾਈ ਇੱਕ ਬੜਾ ਅਹਿਮ ਇਸ਼ੂ ਹੈ ਕਿ ਹਮਾਰੇ ਕਿਸਾਨ ਭਾਈ ਜਬ ਬੜੀ ਕੰਪਨੀਆਂ ਸੇ ਮਸ਼ੀਨੇ ਲੈਤੇ ਹੈ, ਫਿਰ ਉਸਮੇ ਆਫਟਰ ਸੇਲ ਸਰਵਿਸ ਕੀ ਬਹੁਤ ਇਸ਼ੂ ਆਤੇ ਹੈ, ਮਸ਼ੀਨੋਂ ਮੇਂ ਖਰਾਬੀਆਂ ਵੀ ਆਤੀ ਹੈ, ਜ਼ਾਰਾ ਇਹ ਚੱਲਣੇ ਵਾਲੀ ਚੀਜ਼ਾਂ ਹੈ। ਤੋ ਬਾਕੀ ਇਹ ਬਤਾਈਏ ਕਿ ਸੋਬੀ ਐਗਰੋ ਕੀ ਇਹ ਕੋਈ ਫੈਸਿਲਿਟੀ ਉਹਨਾਂ ਨੇ ਆਪਕੇ ਸਾਥ ਸ਼ੇਅਰ ਕੀ ਹੈ ਕਿ ਉਹ ਆਫਟਰ ਸੇਲ ਸਰਵਿਸ ਜੋ ਹੈ ਇਸਕੀ ਆਪਕੇ ਸਾਥ ਕਿਸ ਤਰ੍ਹਾਂ ਚੱਲ ਰਹੇ ਇਸਕੇ ਅੰਦਰ? ਉਹਨਾਂ ਦੀ ਸਰਵਿਸ ਬਹੁਤ ਅੱਛੀ ਹੈ, ਕਾਲ ਕਰੋ ਉਸੇ ਵੇਲੇ ਆ ਜਾਣਗੇ, 2-4 ਘੰਟੇ ਜਿਹੜਾ ਵਕਫਾ ਵਿੱਚ ਹੋਇਆ ਆਉਣ ਦਾ ਟਾਈਮ ਲੱਗੇਗਾ, ਆ ਕੇ ਉਹਨੂੰ ਦੇਖ ਕੇ ਰਿਪੇਅਰ ਕਰਕੇ ਜਾਣਗੇ। ਬਿਲਕੁਲ, ਹਾਲੇ ਤੱਕ ਹੋਇਆ ਤਾਂ ਨਹੀਂ, ਪਰ 1-2 ਵਾਰੀ ਅਸੀਂ ਇਹਦਾ ਕੰਮ ਕਰਵਾਉਣਾ ਸੀ, ਪਹਿਲੇ 1.5 ਸਾਲ ਤਾਂ ਅਸੀਂ ਉਂਝ ਚਲਾਈਏ ਦਾ ਕੰਮ ਨਹੀਂ ਕਰਾਇਆ, ਅਤੇ ਫਿਰ ਉਸ ਤੋਂ ਬਾਅਦ ਇਹਦੇ ਬਲੇਟ ਵਗੈਰਾ ਬਦਲਨੇ ਸੀ, ਉਸ ਤੋਂ ਬਾਅਦ ਹੋਰ, ਅਤੇ ਉਹ ਆ ਕੇ ਉਹਨਾਂ ਨੇ ਆਪਣਾ ਬੰਦਾ ਭੇਜਿਆ ਅਤੇ ਆ ਕੇ ਸਹੀ ਕਰ ਗਏ। ਥੈਂਕ ਯੂ ਵੈਰੀ ਮਚ ਬਾਰ ਸਾਹਿਬ, ਬਹੁਤ ਸ਼ੁਕਰੀਆ ਆਪਕਾ ਜੀ, ਜੋ ਆਪਣੇ ਬੁਕਾਰ ਭਿੰਡਰ ਸਾਹਿਬ ਕੀ ਬਾਤ ਸੁਣੀ ਕਿ ਸੋਬੀ ਐਗਰੋ ਕੀ ਜੋ ਇਹਨਾਂ ਨੇ ਮਸ਼ੀਨੇ ਲਈ ਹੈ, ਕਿਤਨੇ ਮੁਤਮਿਨ ਹੈ ਕਿ ਹਮਾਰਾ ਕਿਸਾਨ ਜੋ ਹੈ ਇਸ ਤਰ੍ਹਾਂ ਕੀ ਮਸ਼ੀਨਰੀ ਕੇ ਸਾਥ ਆਪਣੀ ਨਾ ਸਿਰਫ ਆਪਣੀ ਕਪੈਸਿਟੀ ਬਿਲਡਿੰਗ ਕੋ ਬੜਾ ਸਕਤਾ ਹੈ, ਬਲਕਿ ਇਸਕੇ ਸਾਥ ਸਾਥ ਆਪਣੀ ਵਫੀ ਏਕੜ ਪੈਦਾਵਾਰ ਮੇਂ ਬਹੁਤ ਇਜ਼ਾਫਾ ਕਰ ਸਕਤਾ ਹੈ।